ਆਓ ਚਲੀਏ ਫਿਰ ਆਓ ਜੀ ਆਓ ਜੀਰਕਪੁਰ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਸੰਗਰੂਰ ਤਨੌਲਾ ਬਰਨਾਲਾ ਰਾਮਪੁਰਾ ਬਠਿੰਡਾ ਨੌ ਸਭ ਆਓ ਵੀ ਆਓ ਚਲੋ 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 ਬਾਕੀ ਜਿੱਥੇ ਤੁਸੀਂ ਕਹੋਗੇ ਉੱਥੇ ਛੱਡ ਦਾਂਗੇ ਆਪਣੇ ਫੋਨ ਤੇ ਫੇਸਬੁੱਕ ਦੇਖਦੇ ਹੋ ਆਲੀਆ ਭੱਟ ਜਾਂ ਸਨੀ ਲਿਓਨ ਦੀ ਲੁੱਕ ਦੇਖਦੇ ਹੋ ਨਿਗਾਹ ਪਾਟ ਜਾਂਦੀ ਹੈ ਸਾਡੀ ਦਵਾਈ ਨਾਲ ਫਾਇਦਾ ਜ਼ਰੂਰ ਹੋਣਾ ਨਿਗਾਹ ਸਾਫ਼ ਹੋਣੀ ਤੇ ਅੱਖਾਂ ਚ ਨੂਰ ਹੋਣਾ ਸ਼ੀਸ਼ੀ ਦਾ ਰੇਟ ਅਸੀਂ ₹10 ਟਿਕਟ ਮੈਂ ਉਹ ਤੋਰ ਲੈ ਹੁਣ ਗਾਹ ਦੇ ਟਾਇਰਾਂ ਨੂੰ ਮਹਿੰਦੀ ਲੱਗੀ ਆ ਚਲੋ ਵੀ ਚਲੋ ਟਿਕਟਾਂ ਦੱਸੋ ਬੜਾ ਟਿਕਟਾਂ ਬੋਲੋ ਦੀ ਟਿਕਟ ਕਿੰਨੇ ਦੀ ਆ ਤੂੰ ਦੱਸ ਕਿੰਨੇ ਦੀ ਮੈਂ ਤਾਂ ਪਹਿਲੀ ਵਾਰੀ ਆਇਆ ਯਾ ਕੰਡਕਟਰ ਤੂੰ ਆ ਕਿ ਮੈਂ ਆ ਉਹ ਕੰਡਕਟਰ ਨਾ ਕਹੀ ਮੈਂ ਚੱਕ ਕੇ ਬਸ ਚੋਂ ਥੱਲੇ ਮਾਰੂੰਗਾ ਉਹ ਬੱਚੀ ਜੁਲਕਾਂ ਦੀ ਕਿੰਨੇ ਦੀ ਆ ₹10 ਲੈ ਲਾ ਚੱਲ ₹10 ਕੱਢ ਲੈ ਫੜ ਰਾਮਪੁਰਾ ਬਰਨਾਲਾ ਧਨੌਲਾ ਸੰਗਰੂਰ ਭਵਾਨੀਗੜ੍ਹ ਪਟਿਆਲਾ ਰਾਜਪੁਰਾ ਜੀਰਕਪੁਰ ਚੰਡੀਗੜ੍ਹ ਨੌਨ ਸਟਾਪ ਚਲੋ 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 ਬਾਈ ਉਹ ਤੂੰ 20 ਤੁਹਾਡੇ ਗਣਾ ਤੇ ਆ ਹਜੇ ਕਹਿੰਦਾ ਨੌਨ ਸਟਾਪ ਉਹ ਕੰਨਾਂ ਚੋਂ ਮੈਲ ਕਢਾ ਮੈਂ ਨੌਨ ਸਟਾਪ ਨੀ ਨੌਨ ਸਟਾਪ ਕਿਹਾ ਪਕੌੜੇ ਲਿਆਈ ਸੀ ਮੈਂ ਸੱਚੀ ਏ ਊਟਣੀ ਸਮੂਹ ਵਾਲੇ ਯੋ ਇਸ਼ਾਰੇ ਕਿਸਨੇ ਕਰੇ ਤੂੰ ਮੈਂ ਤੁਹਾਨੂੰ ਕਦੋਂ ਕਰਿਆ ਇਸ਼ਾਰੇ ਮੈਂ ਬਾਵਲੀ ਸੂ ਕਿ ਮਾਰੀਆਂ ਅੱਖਾਂ ਫੁੱਟ ਗਈ ਤੈਨੂੰ ਸੁਣਦਾ ਨੀ ਉਹ ਅਮਲੀਆ ਜਿਹਾ ਕਤਾ ਕੀ ਨਾ ਬਸ ਰੋਕ ਲਾ ਨਾ ਹੁਣ ਅਸੀਂ ਮਿੰਟ ਮਿੰਟ ਬਾਅਦ ਰੋਕਣ ਲੱਗੇ ਫੇਰ ਪਹੁੰਚ ਗਏ ਚੰਡੀਗੜ੍ਹ ਬਸ ਰੋਕ ਲੈ ਇਸ਼ਾਰੇ ਤੋਂ ਤੂੰ ਕਰੇ ਥਾ ਇਹ ਸਿੱਧੀ ਤਰ੍ਹਾਂ ਬਤਾ ਦੇ ਇਸਨੇ ਕਰੇ ਥਾ ਕਿ ਮਨੇ ਕਰੇ ਥਾ ਟਾਵੜੀ ਬੋਲ ਚੱਲ ਨਾ ਤੈਨੂੰ ਕਰਦਾ ਸੀ ਨਾ ਇਹਨੂੰ ਮੈਂ ਤਾਂ ਉਹ ਪਿੱਛੇ ਖੜਾ ਜਿਹੜਾ ਉਹਨੂੰ ਕਰਦਾ ਸੀ ਕਿ ਇਸਨੇ ਹਾਂ ਭਾਈ ਠੀਕ ਸੋ ਕਿ ਤੁਮ ਦੋਨੋਂ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਉਹ ਤਾਂ ਉਹੀ ਇਸ਼ਾਰੇ ਕਰੀ ਜਾਂਦਾ ਹੈ ਉਹ ਕੰਡਕਟਰ ਹੈ ਇਹਨੂੰ ਟਿਕਟਾਂ ਕੱਟਣ ਵਾਸਤੇ ਇਸ਼ਾਰੇ ਕਰ ਰਿਹਾ ਮੈਂ ਕੰਡਕਟਰ ਬੇਬੇ ਕਹਿੰਦੇ ਸੀ ਪਰੀਆਂ ਸਮਾਨ ਚ ਰਹਿੰਦੀਆਂ ਨੇ ਪਤੰਦਰੋਂ ਤੁਸੀਂ ਬਸ ਦੀ ਚੱਕੀ ਫਿਰਦੇ ਹੋ ਤੂੰ ਪਾਲਾ ਪਿੰਡਾਂ ਦੇ ਕੱਕਰ ਨੂੰ ਹੱਥ ਬਹੁਤ ਭੀੜ ਆ ਜੀ ਬਸ ਤੇ ਮੈਂ ਖੇਤੀ ਬਹਿ ਜਾਂਦਾ ਓ ਹੈਲੋ ਆਖਾਂ ਲੜਾਉਣ ਨੂੰ 216 ਕਿਲੋਮੀਟਰ ਪੈ ਰਹੇ ਟਿਕਟ ਬੋਲੋ ਛੇਤੀ ਗਾਹ ਵਾਲੇ ਅੱਡੇ ਤੋਂ ਪਹਿਲਾਂ ਮਸਾਲਾ ਰਗੜਨਾ ਹੁੰਦਾ ਮੈਂ ਉਹ ਟਿਕਟਾਂ ਕੱਟ ਕੱਟਦਾ ਇੱਕ ਮਿੰਟ ਖੜ ਜਾ ਲਫੜਾ ਕੱਟਦਾ ਚਲਾਈ ਚੱਲ ਤੂੰ ਟਿਕਟਾਂ ਬੋਲੋ ਵੀ ਟਿਕਟਾਂ ਹਰਿਆਣੇ ਦੀ ਬੱਸ ਦਾ ਹੋਊ ਇਹਦੇ ਵਿੱਚ ਨਹੀਂ ਚੱਲਣਾ ਪ੍ਰਾਈਵੇਟ ਦੇ ਵਿੱਚ ਨਾਲੇ ਸਵਾਰੀਆਂ ਚੜਾਉਣ ਤੋਂ ਪਹਿਲਾਂ ਗੈਸ ਵੀ ਟਿਕਟਾਂ ਲੱਗਣਗੀਆਂ ਇੱਕ ਚੰਡੀਗੜ੍ਹ 220 ਬੜਾ ਵੱਡਾ ਨੋਟ ਚੱਕੀ ਫਿਰਦੇ ਹੋ ਚੱਲ ਕੋਈ ਨਾ ਬਕਾਇਆ ਚੰਡੀਗੜ੍ਹ ਜਾ ਕੇ ਲੈ ਲਈ ਨਾ ਮੈਂ ਤਾਂ ਭੁੱਲ ਜੂੰਗੀ ਨਾ ਮੈਂ ਤਾਂ ਭੁੱਲ ਜੂ ਮੈਂ ਤਾਂ ਆਪ ਭੁੱਲ ਜੂੰਗਾ ਹੁਣ ਦੱਸੋ ਫਿਰ ਕੀ ਕਰੀਏ ਆ ਲੈ ਦੋ ਦੇਰੇ ਚੰਡੀਗੜ੍ਹ ਦੀਆਂ ਆਜੋ ਪਲਕਾਂ ਤੇ ਬਿਠਾਵਾਂ ਬੀਬਾ ਤੈਨੂੰ ਜਾਂ ਫਿਰ ਸੀਟ ਤੇ ਬਹਿਣਾ ਨਹੀਂ ਚਲੋ ਉੱਠੇ ਤੋ ਸਾਫ ਦੀ ਸੀਟ ਆ ਚੱਲ ਚੱਲ ਪਿੱਛੇ ਜਾ ਕੇ ਬੈਠ ਕਮਾਲ ਕਰੀ ਜਾਂਦਾ ਹੈ 54-54 ਦਾ ਹਿਸਾਬ ਕਰੀਦਾ ਆ ਫੜ ₹60 ਓਏ ਉਹ ਜਿਹਨੇ ਪੈਸੇ ਦਿੱਤੇ ਉਹ ਤਾਂ ਬੋਲਦਾ ਨੀ ਤੂੰ ਟਿਕਟ ਤੇ ਚੜ ਕੇ ਜਾਣਾ ਗੱਲਾਂ ਕਰਦੀਆਂ ਬੰਦਾ ਬਣ ਕੇ ਮੇਰੀ ਟਿਕਟ ਦੇ ਨਹੀਂ ਤਾਂ ਜੁੱਤੀ ਲਾ ਲੂੰ
ਤੁਹਾਡਾ ਬੁੜਾ ਗਾਂਧੀ ਜੀ ਨਾਲ ਰਿਹਾ ਹੈ? ਹੁਣ ਇਹ ਦੱਸਾਂ ਕਿ ਠਹਿਰ ਕੇ? ਤੁਹਾਡਾ ਸਕੂਲ ਇੰਗਲਿਸ਼ ਮੀਡੀਅਮ ਹੈ? ਉਹ ਤੂੰ ਜਵਾਕ ਪੜਾਉਣੇ ਉੱਥੇ ਲੱਗਦਾ ਇੰਗਲਿਸ਼ ਮੀਡੀਅਮ ਦਾ। ਚੱਲ ਇਹਨਾਂ ਦੀ ਟਿਕਟ ਤਾਂ ਤੂੰ ਕੱਟਣੀ ਨਹੀਂ, ਬਾਕੀ ਦੀ ਤਾਂ ਕੱਟ ਦੇ, ਮਾਰੀ ਜਾਣਾ ਬੈਠਾ ਗੱਲਾਂ। ਚਲੋ 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 ਜੁਲਕਾਲੇ, ਚਲੋ ਚਲੋ ਚਲੋ। ਕਿਉਂ ਦੇਤੀ ਨਾ ਚਕਾਵੀ ਸਿਆਣਾ? ਚਲੋ 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 ਦੇਵੀਗੜ 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 ਆਲਾ ਫਾੜਾ। ਉਹ ਟਿਕਟ ਤੋਂ ਬਗੈਰ ਨਾ ਹੋਵੇ ਬਈ ਕੋਈ, ਉਹ ਬਾਹ ਅੰਦਰ ਕਰਨਾ ਫਿਰ ਲੱਕੜ ਦੀ ਲਵਾਉਂਦਾ ਫਿਰੇਗਾ। ਅਠਿਆਨੀ ਚੱਕੋ ਕਿਹਦੀ ਪਈ ਆ? ਚੱਲ 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 ਸਿੱਧੇ ਲੈ ਲਈ ਕੀ? ਸਿੱਧੇ ਲੈ ਲੈ, ਉਹ ਅੱਗੇ ਹਰਿਆਣਾ ਹੈ। ਫਿਰ ਕੀ ਹੋ ਗਿਆ? ਨਿਕਲਿਆ ਤਾਂ ਪੰਜਾਬ ਚੋਂ ਹੀ ਹੈ। ਪੰਜਾਬ ਚੋਂ ਤਾਂ ਪਾਕਿਸਤਾਨ ਵੀ ਨਿਕਲਿਆ, ਕਿਤੇ ਉਧਰ ਨੂੰ ਪਾ ਦੀ ਕਿਸੇ ਦਿਨ। ਕੀ ਹੋ ਗਿਆ? ਉਹ ਤੂੰ ਨਾ ਟਲਿਆ, ਕਰਤੀ ਨਾ ਬਠਿੰਡੇ ਵਾਲੀ ਤਾਂ। ਉਹ ਬਠਿੰਡੇ ਬਠਿੰਡੇ ਵਾਲਾ ਕੋਈ ਨੀ, ਹੋਏ ਮਾਝੇ ਦਾ ਸਾਊ ਪੁੱਤਾਂ ਮੈਂ। ਆਹੋ ਮਾਝੇ ਦੇ ਸਾਊ ਪੁੱਤ ਨੇ ਬਿਠਾ ਤੀ ਨਾ ਖੂੰਜੇ ਲਾ ਕੇ।